ਹੈਲੋ ਗਾਈਜ਼, ਵੈਲਕਮ ਬੈਕ ਟੂ ਮਾਈ ਅਨਦਰ ਵੀਡੀਓ। ਆਈ ਹੋਪ ਤੁਸੀਂ ਸਾਰੇ ਚੰਗੇ ਹੋਵੋਗੇ। ਚਲੋ ਸਟਾਰਟ ਕਰਦੇ ਹਾਂ ਅੱਜ ਦਾ ਵਲੌਗ। ਸੋ ਗਾਈਜ਼, ਅੱਜ ਦੇ ਵਲੌਗ 'ਚ ਮੈਂ ਤੁਹਾਨੂੰ ਦੱਸਾਂਗਾ ਸਾਡੇ ਇੱਥੇ ਘਰ ਦੇ ਅੱਗੋਂ ਦੀ ਨਗਰ ਕੀਰਤਨ ਲੰਘਣਾ, ਅਤੇ ਅੱਜ ਅਸੀਂ ਸਾਰੇ ਮੈਂ ਹੁਣ ਰੈਡੀ ਵਗੈਰਾ ਹੋ ਗਿਆ ਵੇਖੋ ਪੂਰਾ, ਅਤੇ ਅਸੀਂ ਆ ਚਾਹ ਪਕੌੜਾ ਦਾ ਲੰਗਰ ਲਾਏ ਦਾ। ਇੱਥੇ ਹੀ ਉਹਨਾਂ ਨੂੰ ਰੋਕ ਕੇ ਦੁੱਧ ਪਿਲਾਵਾਂਗੇ ਸਾਰਿਆਂ ਨੂੰ, ਚਾਹ ਪਕੌੜਿਆਂ ਦਾ ਲੰਗਰ ਸਾਰਿਆਂ ਨੂੰ ਦੇਵਾਂਗੇ ਚਾਹ ਪਕੌੜੇ। ਥੋੜ੍ਹੀ ਦੇਰ 'ਚ ਬਸ ਹੁਣ ਆਉਣ ਹੀ ਵਾਲਾ, ਜਿੱਥੋਂ ਸਟਾਰਟ ਹੁੰਦਾ ਉੱਥੋਂ ਚੱਲ ਪਏਦਾ, ਅਤੇ ਉੱਧਰੋਂ ਦੀ ਪਿੱਛੋਂ ਦੀ ਘੁੰਮ ਕੇ ਆਉਂਦਾ, ਅਤੇ ਫਿਰ ਸਾਡੇ ਘਰ ਦੇ ਅੱਗੋਂ ਦੀ ਲੰਘ ਕੇ ਜਾਣਾ, ਅਤੇ ਅਸੀਂ ਚਾਹ ਪਕੌੜੇ ਦਾ ਲੰਗਰ ਲਾਏ ਦਾ, ਅਤੇ ਫਿਰ ਜਦੋਂ ਆਉਂਦਾ ਫਿਰ ਹੁਣ ਮੈਂ ਤੁਹਾਨੂੰ ਮਿਲਦਾ ਉਦੋਂ। ਨਾਲੇ ਹੁਣ ਮੈਂ ਤੁਹਾਨੂੰ ਥੱਲੇ ਜਾ ਕੇ ਵੀ ਦਿਖਾ ਦੇਣਾ ਜਿੱਦਾਂ ਕਿ ਪਕੌੜੇ ਵਗੈਰਾ ਕਿੱਦਾਂ ਬਣਨ ਡਿਆ, ਥੱਲੇ ਬਣਾਉਣ ਡਿਆ ਪਕੌੜੇ, ਅਤੇ ਫਿਰ ਚਲੋ ਚੱਲਦੇ ਹਾਂ ਨੀਚੇ, ਅਤੇ ਫਿਰ ਮੈਂ ਤੁਹਾਨੂੰ ਦੱਸਦਾ। ਇਹ ਬ੍ਰੈਡ ਵਾਲੇ ਪਕੌੜੇ ਪਹਿਲੇ ਇਹਨਾਂ ਨੇ ਕੱਢ ਲਿਆ, ਦੋ ਤਰ੍ਹਾਂ ਦੇ ਬਣਾਏ, ਇੱਕ ਪਾਲਕ ਵਾਲੇ, ਇਹ ਪਾਲਕ ਵਾਲੇ ਵਿੱਚ ਬਣਨ ਡਿਆ ਥੋੜ੍ਹੇ ਕੜ ਬਣਾ ਲਿਆ ਇਹਨਾਂ ਨੇ, ਅਤੇ ਅੱਧੇ ਸਾਈਡ ਚਾਹ ਵੀ ਧਰੀ ਦੀ ਹੈ ਬਣਨ ਡੀ ਹੈ। ਚਾਹ ਪਕੌੜਾ ਅਸੀਂ ਇੱਥੇ ਰੱਖਤਾ ਕਿਉਂਕਿ ਇਹ ਵੇਖੋ ਗੱਤਕੇ ਵਾਲੇ ਆ ਗਿਆ, ਇਹਦੇ ਪਿੱਛੇ ਪਿੱਛੇ ਹੁਣ ਨਗਰ ਕੀਰਤਨ ਵੀ ਆਉਣ ਵਾਲਾ, ਹੁਣ ਇਹ ਗੱਤਕਾ ਖੇਡਣ ਕੇ ਇੱਥੇ ਥੋੜ੍ਹੀ ਦੇਰ ਤੱਕ, ਫਿਰ ਉਦੋਂ ਨੂੰ ਪਿੱਛੇ ਨਗਰ ਕੀਰਤਨ ਵੀ ਆ ਜਾਏਗਾ। ਆ ਗਿਆ ਨਗਰ ਕੀਰਤਨ, ਉਹ ਗੱਤਕਾ ਵਾਲੇ ਹੁਣ ਅੱਗੇ ਚੱਲ ਗਏ, ਹੁਣ ਇੱਥੇ ਮੱਥਾ ਟੇਕਦੇ ਹਾਂ ਪਹਿਲੇ ਅਸੀਂ ਜਾ ਕੇ। ਨਗਰ ਕੀਰਤਨ ਚੱਲ ਗਿਆ, ਅੱਗੇ ਇੱਕ ਟਰੈਕਟਰ ਰਹਿ ਗਿਆ ਪਿੱਛੇ, ਹੁਣ ਬਸ ਇਹਨਾਂ ਨੂੰ ਪਲਾਨ ਡਿਆ, ਉਹ ਵੇਖੋ ਸਾਹਮਣੇ ਜਾਣ ਡਿਆ ਸਾਰੇ, ਹੁਣ ਇੱਥੋਂ ਦੇ ਹੋ ਕੇ ਅੱਗੇ ਵੀ ਜਾਣਗੇ ਸਾਰੇ ਪਿੰਡਾਂ ਦੇ ਵਿੱਚੋਂ ਦੀ। ਹੁਣ ਨਗਰ ਕੀਰਤਨ ਹੋ ਕੇ ਚੱਲ ਗਿਆ ਇੱਥੋਂ, ਮੱਥਾ ਵਗੈਰਾ ਟੇਕ ਲਿਆ, ਸਾਰਾ ਕੁਛ ਵਰਤਾਪ ਦੁੱਧ ਚੰਗੀ ਤਰ੍ਹਾਂ ਸਾਰਾ ਕੁਛ ਹੋ ਗਿਆ, ਸਾਰਿਆਂ ਨੂੰ ਮਿਲ ਗਿਆ। ਵੇਖੋ ਸਾਰੇ ਚੱਲ ਗਏ ਥੱਲੇ। ਉਹ ਤੂੰ ਕਿੱਧਰ ਬੈਠੀ ਦੀ ਹੈ? ਤੂੰ ਜਿਹੜੀ ਲੋਕ ਲੋਕ ਪਕੌੜੇ ਖਾ ਰਹੀ ਕੱਲੀ, ਉਹਦੀ ਤੂੰ ਥੱਲੇ ਨਹੀਂ ਆਈ ਸੀ? ਨਾ। ਕਿਉਂ? ਥੱਲੇ ਬਸ ਪਕੌੜੇ ਲੈਣ ਆਈ ਸੀ ਉੱਪਰ ਆ ਕੇ। ਆਹੋ, ਬਸ ਉੱਪਰ ਬਹਿ ਕੇ ਕਿੰਨੇ ਖਾਧੇ ਪਕੌੜੇ? ਸਾਸਾ ਦੱਸੀ ਕਿੰਨੇ ਬੜੇ ਖਾਧੇ, ਕਿੰਨੇ ਬੜੇ ਖਾਧੇ? ਦੂਜੇ ਆ, ਝੂਠ ਨਾ ਬੋਲ, ਤੀਜੀ ਪਲੇਟ ਨਾ ਤੇਰੀ। ਆਹੋ, ਹੈ ਹੈ ਹੈ, ਦੱਸ ਦੇ ਸਾਸਾ, ਸਾਸਾ ਦੱਸ ਦੇ ਹਾਂਜੀ ਕਿੰਨੇ ਖਾਧੇ, ਸਾਸਾ ਦੱਸ ਦੇ। ਸੱਚੇ ਦੂਜੇ ਦੇ ਆ, ਜ਼ਿਆਦਾ ਨਾ ਖਾ ਮਰ ਜਾਏਗੀ। ਸਾਰੇ ਜਣੇ ਚੱਲ ਗਏ ਆਪਣੇ ਆਪਣੇ ਘਰ ਨੂੰ, ਹੁਣ ਥੋੜ੍ਹੇ ਜਣੇ ਰਹਿ ਗਿਆ ਜਿਹੜੇ ਸਾਡੇ ਘਰ ਦੇ ਮਤਲਬ ਮੈਂਬਰ ਆ ਸਾਰੇ, ਜਿਹੜੇ ਉਹ ਹੈ ਨੀਚੇ ਆ। ਪਹਿਲੇ ਅਸੀਂ ਸੰਗਤ ਨੂੰ ਸਾਰਿਆਂ ਨੂੰ ਵਰਤਾ ਦਿੱਤਾ, ਹੁਣ ਉਹ ਬੈਠ ਕੇ ਖਾਣ ਡਿਆ, ਥੋੜ੍ਹੇ ਜਣੇ ਰਹਿ ਗਏ ਗਿਣਤੀ ਗੁਣਤੀ ਦੇ ਸਾਡੇ ਘਰ ਦੇ ਨਾਲ ਸਾਰੇ, ਅਤੇ ਹੁਣ ਮਿਲਦੇ ਤੁਹਾਨੂੰ ਥੋੜ੍ਹੀ ਦੇਰ ਬਾਅਦ 'ਚ।
ਹੁਣ ਸਾਰੇ ਜਾਣੇ ਚੱਲ ਗਏ ਅਸੀਂ ਘਰ ਆਪਣੇ ਆਪਣੇ ਅਤੇ ਹੁਣ ਅਸੀਂ ਆ ਗਏ ਉੱਪਰ ਵਾਪਸ, ਥੱਲੋਂ ਸਾਫ਼ ਵਗੈਰਾ ਕਰਤਾ, ਅਸੀਂ ਬਹੁਤ ਲੇਟ ਹੋ ਗਏ ਸੀ, ਸਾਨੂੰ ਲੱਗਿਆ ਸੀ ਨਗਰ ਕੀਰਤਨ ਲੇਟ ਆਉਣਾ, ਪਰ ਜਦੋਂ ਦਰੰਗ ਲਿਆ ਸਾਡਾ ਨਾਲ ਬੰਦਾ ਉੱਥੋਂ ਦੀ ਆਉਂਦਾ, ਪਰ ਉੱਥੇ ਐਰਕੀ ਨਹੀਂ ਕਿ ਇਹਨੇ ਰੋਕਿਆ, ਅਤੇ ਫਿਰ ਸਿੱਧਾ ਜਲਦੀ ਆ ਗਿਆ, ਅਤੇ ਸਾਡੇ ਅਜੇ ਤਿਆਰੀ ਨਹੀਂ ਹੋਈ ਦੀ ਪੂਰੀ, ਫਿਰ ਅਸੀਂ ਜਲਦੀ ਜਲਦੀ ਕੀਤਾ, ਸਾਰਾ ਕੁਛ ਸਹੀ ਹੋ ਗਿਆ ਸੀ, ਜਲਦੀ ਜਲਦੀ ਜਦੋਂ ਨੂੰ ਉਹ ਪਹੁੰਚੇ ਉਦੋਂ ਨੂੰ ਸਾਰਾ ਕੁਛ ਹੋ ਗਿਆ ਕੰਪਲੀਟ ਵਗੈਰਾ, ਅਤੇ ਨਾਲੇ ਪਕੌੜੇ ਵਗੈਰਾ ਨਿਕਲ ਗਏ, ਫਿਰ ਅਸੀਂ ਸਾਰਾ ਵਰਤਾਓ ਦਿੱਤਾ, ਹੁਣ ਸਾਫ਼ ਵਗੈਰਾ ਥੱਲੋਂ ਕਰਕੇ ਸਾਰਾ ਕੁਛ ਹੁਣ ਉੱਪਰ ਆ ਗਿਆ। ਮੈਨੂੰ ਪਤਾ ਥੋੜ੍ਹਾ ਛੋਟਾ ਵਲੋਗ ਹੀ, ਮੈਂ ਤੁਹਾਨੂੰ ਬਸ ਆਹੀ ਦਿਖਾਉਣ ਵਾਸਤੇ ਇਹ ਵਲੋਗ ਬਣਾਇਆ ਸੀ ਕਿ ਨਗਰ ਕੀਰਤਨ ਵਗੈਰਾ ਆਉਣਾ, ਅਤੇ ਇਸ ਵਲੋਗ ਨੂੰ ਮੱਥੇ ਐਂਡ ਕਰਦਾ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਵਲੋਗ ਚੰਗਾ ਲੱਗਿਆ ਹੋਇਆ, ਜੇ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ, ਅਤੇ ਹੁਣ ਮਿਲਦੇ ਤੁਹਾਨੂੰ ਨੈਕਸਟ ਵਲੋਗ 'ਚ।